ਸਰ ਇਹਨੂੰ ਗਾਂ ਚੱਟ ਕੇ ਤੇ ਟੰਗਾ ਪਵਾ ਲੈਂਦੀ ਦੁੱਧ ਦੇ ਦਿੰਦੀ ਹੈ ਨਕਲੀ ਥੋੜੀ ਹੈ ਨਕਲੀ ਨਹੀਂ ਅਸਲੀ ਹੈ ਹਾਂ ਤੈਨੂੰ ਪਤਾ ਨੀ ਕਿ ਇਹਨੂੰ ਆਪਾਂ ਪੂਜਦੇ ਹਾਂ ਇਹਦੀ ਪੂਜਾ ਕਰਦੇ ਹਾਂ ਗਊ ਮਾਤਾ ਹੋਰ ਕੋਈ ਇਹ ਕੋਈ ਸੂਰ ਥੋੜੀ ਹੈ ਵੀ ਜਿਹੜਾ ਵੱਢ ਕੇ ਅਸੀਂ ਨਹੀਂ ਕੱਟਦੇ ਅਸੀਂ ਨਹੀਂ ਕੱਟਦੇ ਆਪਣੇ ਬਜ਼ੁਰਗ ਪੱਜਾਂ ਦੇ ਨੂੰ ਵੱਢ ਕੇ ਕਰਦੇ ਨੇ ਰੀਜ਼ਨ ਦੱਸ ਦੇ ਕੀ ਹੈ ਇੱਕ ਘਰ ਦੇ ਵਿੱਚੋਂ ਗਊ ਦੇ ਬੱਚੇ ਦਾ ਵੱਡਿਆ ਹੋਇਆ ਸਿਰ ਮਿਲਿਆ ਜਿਸ ਦੇ ਕਾਰਨ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਜੋਸ਼ ਪਾਇਆ ਜਾ ਰਿਹਾ। ਦੱਸ ਦਈਏ ਕਿ ਮੌਕੇ ਦੇ ਉੱਤੇ ਪਹੁੰਚੇ ਬਜਰੰਗ ਦਲ ਦੇ ਆਗੂਆਂ ਦੇ ਵੱਲੋਂ ਇਸ ਗੱਲ ਦਾ ਕੜਾ ਵਿਰੋਧ ਜਤਾਇਆ ਗਿਆ ਅਤੇ ਉਹਨਾਂ ਨੇ ਪੁਲਿਸ ਨੂੰ ਵੀ ਸੂਚਿਤ ਕਰਕੇ ਜੋ ਵਿਅਕਤੀ ਹੈ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਤਾਂ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਨੇ ਗਊ ਰੱਖੀ ਹੋਈ ਸੀ ਅਤੇ ਗਊ ਦਾ ਜੋ ਵੱਛਾ ਸੀ ਉਹ ਮਰ ਜਾਂਦਾ ਪਰ ਗਊ ਦੁੱਧ ਨਹੀਂ ਦਿੰਦੀ। ਤਾਂ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਉੱਥੋਂ ਜਾ ਕੇ ਉਸਦਾ ਵੱਢਿਆ ਹੋਇਆ ਸਿਰ ਲੈ ਆਉਂਦਾ, ਉਸ ਉਹ ਬਦਬੂ ਨਾ ਕਰੇ ਉਸਦੇ ਉੱਪਰ ਕੈਮੀਕਲ ਲਗਾ ਦਿੱਤਾ ਗਿਆ ਅਤੇ ਉਸਨੂੰ ਦੇਖ ਕੇ ਹੁਣ ਇਹ ਗਊ ਦੁੱਧ ਦੇ ਦਿੰਦੀ ਹੈ। ਜਿਸ ਤੋਂ ਬਾਅਦ ਇਸ ਗੱਲ ਦੀ ਭਿਣਕ ਕਿਤੇ ਨਾ ਕਿਤੇ ਬਜਰੰਗ ਦਲ ਦੇ ਆਗੂਆਂ ਨੂੰ ਪੈ ਜਾਂਦੀ ਹੈ ਅਤੇ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ। ਪਹਿਲਾਂ ਤਾਂ ਉਸ ਵਿਅਕਤੀ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਜਾਂਦੀਆਂ ਨੇ ਅਤੇ ਫਿਰ ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕਰਕੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੇ ਘਰ ਦੇ ਵਿੱਚ ਗਊ ਦੇ ਵੱਛੇ ਦਾ ਵੱਢਿਆ ਹੋਇਆ ਸਿਰ ਰੱਖਿਆ ਸੀ। ਹਾਲਾਂਕਿ ਇਸ ਸਿਰ ਨੂੰ ਰੱਖਣ ਦਾ ਮਤਲਬ ਉਸਦਾ ਇਹ ਸੀ ਕਿ ਜੋ ਗਊ ਹੈ ਉਹ ਬਿਨਾਂ ਵੱਛੇ ਤੋਂ ਦੁੱਧ ਨਹੀਂ ਸੀ ਦਿੰਦੀ ਅਤੇ ਉਹ ਵੱਛੇ ਦੇ ਸਿਰ ਨੂੰ ਦੇਖ ਕੇ ਦੁੱਧ ਦੇ ਦਿੰਦੀ ਹੈ, ਜਿਸ ਦੇ ਕਾਰਨ ਉਸਨੇ ਇਸ ਨੂੰ ਰੱਖਿਆ ਹੋਇਆ ਸੀ। ਅਤੇ ਜਦੋਂ ਇਸ ਗੱਲ ਦੀ ਭਿਣਕ ਹਿੰਦੂ ਸੰਗਠਨਾਂ ਨੂੰ ਪਈ, ਬਜਰੰਗ ਦਲ ਦੇ ਆਗੂਆਂ ਨੂੰ ਪਈ, ਤਾਂ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ। ਮੌਕੇ ਦੇ ਉੱਤੇ ਪੁਲਿਸ ਨੂੰ ਸੱਦਿਆ ਗਿਆ ਅਤੇ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ। ਗਊ ਦਾ ਜਿਹੜਾ ਵੱਛਾ ਸੀ ਉਹਦਾ ਸਿਰ ਜਿਹੜਾ ਮਰਨ ਤੋਂ ਬਾਅਦ ਉਹਨਾਂ ਨੇ ਕੱਟ ਕੇ ਜਿਹੜਾ ਰੱਖ ਰੱਖਿਆ ਕਈ ਦਿਨਾਂ ਤੋਂ, ਜੋ ਸਾਨੂੰ ਕੋਈ ਗੁਪਤ ਸੂਚਨਾ ਮਿਲੀ ਉਹਦੇ ਆਧਾਰ 'ਤੇ ਅਸੀਂ 3-4 ਦਿਨ ਵੈਰੀਫਾਈ ਕੀਤਾ। ਜੇ ਅੱਜ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਪਣੀ ਬਜਰੰਗ ਦਲ ਵਿਸ਼ਵ ਹਿੰਦੂ ਪਰਿਸ਼ਦ ਦੀ ਪੂਰੀ ਟੀਮ ਪਹੁੰਚੀ ਹੈ। ਆਪਣੇ ਕੈਂਟ ਫਾਜ਼ਿਲਕਾ ਕੈਂਟ ਰੋਡ 'ਤੇ ਠੇਕੇ ਦੇ ਨੇੜੇ ਮਕਾਨ ਹੈ ਕਿਸੇ ਦਾ, ਅਤੇ ਐਡਾ ਵੱਡਾ ਅਧਰਮ ਇਹਨੇ ਕਰ ਰੱਖਿਆ ਹੈ ਕਿ ਜਿਹੜੀ ਗਊ ਮਾਤਾ ਹੈ ਉਹਦਾ ਬੱਚਾ, ਇਹ ਤਾਂ ਕਹਿ ਰਿਹਾ ਵੀ ਉਹ ਪ੍ਰਾਣ ਤਿਆਗ ਤੇ, ਪਰ ਜਿਸ ਹਿਸਾਬ ਨਾਲ ਇਹਨੇ ਰੱਖ ਰੱਖਿਆ ਹੈ ਇਹ ਲੱਗਦਾ ਨਹੀਂ ਵੀ ਇੰਨਾ ਲਾਲਚੀ, ਜੇ ਦੁੱਧ ਦੇ ਪਿੱਛੇ ਜੇ ਬੰਦਾ 2 ਲੀਟਰ ਦੁੱਧ ਦੇ ਪਿੱਛੇ ਇਹ ਕਰ ਸਕਦਾ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਵੀ ਇਹਨਾਂ ਨੇ ਜੇ ਆਪ ਹੀ ਇਹ ਸਭ ਕੀਤਾ ਹੋਵੇ। ਇਹ ਗਊ ਮਾਤਾ ਨੂੰ ਅਸੀਂ 4 ਦਿਨ ਹੋ ਗਏ ਅਸੀਂ ਇਹਨੂੰ ਟਰੇਸ ਕਰ ਰਹੇ ਸੀ ਕਿ ਮੌਕੇ ਤੇ ਪ੍ਰਸ਼ਾਸਨ ਨੂੰ ਲੈ ਕੇ ਆਈਏ, ਪਹਿਲਾਂ ਅਸੀਂ ਵੈਰੀਫਾਈ ਕੀਤਾ ਹੈ ਕਿ ਵਾਕਈ ਇਹ ਜਿਹੜਾ ਅਧਰਮ ਇੱਥੇ ਹੋ ਰਿਹਾ ਹੈ, ਗਊ ਮਾਤਾ ਦੇ ਬੱਚੇ ਦਾ ਸਿਰ ਜਿਹੜਾ ਹੈ ਇਹ ਬੰਦਾ ਇੱਥੇ ਆਪਦੇ ਘਰੇ ਰੱਖ ਰੱਖਿਆ ਹੈ ਤੇ ਇਹ ਗਊ ਮਾਤਾ ਦੇ ਅੱਗੇ ਰੱਖਦਾ ਸਵੇਰੇ ਸ਼ਾਮ। ਖੁਦ ਦਾ ਧਰਮ ਭ੍ਰਸ਼ਟ ਤਾਂ ਇਹਦਾ ਧਰਮੀ ਦਾ ਹੋਇਆ ਹੀ ਹੋਇਆ ਹੈ, ਇਹ ਗਊ ਮਾਤਾ ਦਾ ਵੀ ਇਹਨੇ ਧਰਮ ਭ੍ਰਸ਼ਟ ਕੀਤਾ ਹੈ ਜਿਹੜਾ ਕਿ ਬੱਚੇ ਦਾ ਸਿਰ ਜਿਹੜਾ ਗਊ ਮਾਤਾ ਦੇ ਅੱਗੇ ਰੋਜ਼ ਰੱਖ ਦਿੰਦਾ। ਤੇ ਜਿਹੜੀ ਵੀ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਅਸੀਂ ਨਾਲ ਲੈ ਕੇ ਆਏ ਹਾਂ, ਅਸੀਂ ਪਹਿਲਾਂ ਵੈਰੀਫਾਈ ਕੀਤਾ 2 ਦਿਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਏ ਹਾਂ ਤੇ ਇਹ ਬੰਦੇ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹ ਬਜਰੰਗ ਦਲ ਵਿਸ਼ਵ ਹਿੰਦੂ ਪਰਿਸ਼ਦ ਕਰਾਏਗਾ। ਬੱਚਾ ਇੱਕ ਵਾਰੀ ਤੁਸੀਂ ਦੇਖ ਲਓ।